ਸਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਬਾਕੀ ਠੀਕ ਹੀ ਰਹਿਣੇ ਚਾਹੀਦੇ ਹੋ ਸਾਰੇ ਅੱਜ ਤੱਕ ਗਰਮੀ ਬਹੁਤ ਸੀਗੀ ਤੇ ਮੈਂ ਆਈ ਸੀ ਆਫਿਸ ਤੋਂ ਤੇ ਹੁਣ ਮੇਰਾ ਕੁਝ ਖਾਣ ਦਾ ਮਨ ਕਰ ਰਿਹਾ ਸੀ ਤੇ ਮੈਂ ਹੁਣ ਬਣਾਉਣ ਲੱਗੀ ਹਾਂ ਇਡਲੀ ਤੇ ਉਹ ਵੀ ਮੈਂ ਤੁਹਾਨੂੰ ਸਿਖਾਵਾਂਗੀ ਇਡਲੀ ਬਣਾਉਣੀ ਆਪਣੇ ਸਟਾਈਲ 'ਚ ਜਿੱਦਾਂ ਮੈਂ ਘਰੇ ਬਣਾਉਂਦੀ ਹਾਂ ਉੱਦਾਂ ਹੀ ਤੁਹਾਨੂੰ ਵੀ ਦੱਸਾਂਗੀ ਅੱਜ ਅਸੀਂ ਇਡਲੀ ਨਾਲ ਸਾਂਬਰ ਤਾਂ ਅਸੀਂ ਹਲੇ ਬਣਾਇਆ ਨਹੀਂ ਹੈ ਇਸ ਲਈ ਅਸੀਂ ਮਸਾਲਾ ਇਡਲੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹਦੇ ਲਈ ਸਾਨੂੰ ਕੀ ਚਾਹੀਦਾ ਆਓ ਗਾਇਸ ਤੁਹਾਨੂੰ ਦੱਸਦੇ ਹਾਂ ਹਾਂਜੀ ਫਰੈਂਡਸ ਦੇਖੋ ਇਡਲੀ ਬਣਾਉਣ ਲਈ ਆਪਾਂ ਨੂੰ ਚਾਹੀਦੀ ਹੈ ਇੱਕ ਕਟੋਰੀ ਤਾਂ ਮੈਂ ਲਿੱਤੀ ਹੈ ਸੂਜੀ ਠੀਕ ਹੈ ਬਾਕੀ ਅਗਰ ਤੁਸੀਂ ਚਾਹੋ ਤਾਂ ਇਹਦਾ ਮਿਕਸਰ ਤੁਹਾਨੂੰ ਅਗਰ ਘਰੇ ਨਹੀਂ ਤੁਸੀਂ ਬਣਾ ਸਕਦੇ ਤਾਂ ਇਹਦਾ ਬਣਿਆ ਬਣਾਇਆ ਮਿਕਸਰ ਵੀ ਮਿਲ ਜਾਂਦਾ ਅਤੇ ਨਾਲ ਅਸੀਂ ਲਿੱਤੀ ਹੈ ਖੱਟੀ ਦਹੀਂ ਇਹਨੂੰ 2 ਦਿਨ ਰੱਖ ਕੇ ਅਸੀਂ ਪੂਰੀ ਖੱਟੀ ਕਰ ਲਈ ਸੀਗੀ ਕਿਉਂਕਿ ਇਹਦੇ ਨਾਲ ਹੀ ਇਹਦੇ 'ਚ ਜ਼ਿਆਦਾ ਫੁਲਾਵਟ ਆਉਂਦੀ ਹੈ ਅਤੇ ਨਾਲ ਅਸੀਂ ਇਹਦੇ ਲਵਾਂਗੇ ਇੱਕ ਅਸੀਂ ਲਵਾਂਗੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਨਾਲ ਇਹ ਹੈ ਕਿ ਜਿਹੜੀ ਇਡਲੀ ਹੈ ਉਹ ਪੂਰੀ ਫੁੱਲਦੀ ਹੈ ਲਓ ਜੀ ਹੁਣ ਆਪਾਂ ਤੁਹਾਨੂੰ ਇਹਦਾ ਪਹਿਲਾਂ ਘੋਲ ਬਣਾ ਕੇ ਦਿਖਾਉਂਦੇ ਹਾਂ ਇਡਲੀ ਦਾ ਸੂਜੀ 'ਚ ਅਸੀਂ ਪਾ ਲਿਆ ਦਹੀਂ ਅਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਔਰ ਇਹਨੂੰ ਥੋੜ੍ਹਾ ਥੋੜ੍ਹਾ ਪਾ ਕੇ ਹੀ ਮਿਕਸ ਕਰਨਾ ਦਹੀਂ ਨੂੰ ਇੱਕੋ ਦਮ ਨਹੀਂ ਸਾਰਾ ਦਹੀਂ ਪਾਉਣਾ ਇਹਦਾ ਮਿਕਸਰ ਜਿਹੜਾ ਬਣ ਕੇ ਹੋ ਗਿਆ ਤਿਆਰ ਅਤੇ ਹੁਣ ਆਪਾਂ ਇਹਨੂੰ ਥੋੜ੍ਹੀ ਦੇਰ ਲਈ ਇੱਦਾਂ ਹੀ ਰੱਖ ਦਾਂਗੇ ਸਿਰਫ 5 ਮਿੰਟ ਲਈ ਅਸੀਂ ਇਹਨੂੰ ਸਾਈਡ 'ਤੇ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਏ ਫਿਰ ਇਹਦੇ ਵਿੱਚ ਹਾਂਜੀ ਫਰੈਂਡ ਜਿੰਨੀ ਦੇਰ ਇਡਲੀ ਦਾ ਘੋਲ ਸੈੱਟ ਹੋ ਰਿਹਾ ਉੱਨੀ ਦੇਰ ਅਸੀਂ ਇਹਦੇ 'ਚ ਸਾਂਚੇ 'ਚ ਪਾਣੀ ਗਰਮ ਕਰ ਲੈਂਦੇ ਇਡਲੀ ਵਾਲਾ ਸਾਂਚਾ ਇਹ ਤੁਹਾਨੂੰ ਬਾਜ਼ਾਰ 'ਚ ਈਜ਼ੀਲੀ ਮਿਲ ਜਾਏਗਾ ਪਾਣੀ ਆਪਣਾ ਅਤੇ ਇਹਨੂੰ ਆਪਾਂ ਉੱਪਰੋਂ ਦੀ ਢੱਕ ਦਾਂਗੇ ਜਿੰਨੀ ਦੇਰ ਪਾਣੀ ਇਹਦਾ ਗਰਮ ਹੁੰਦਾ 2 ਮਿੰਟ ਲੱਗੂਗੇ ਇਹਨੂੰ ਗਰਮ ਹੋਣ ਨੂੰ ਹਾਂਜੀ ਫਰੈਂਡਸ ਹੁਣ ਆਪਾਂ ਸਾਂਚੇ 'ਚ ਪਾਵਾਂਗੇ ਇਡਲੀ ਨੂੰ ਉਹਦੇ 'ਚ ਪਾਉਣ ਤੋਂ ਪਹਿਲਾਂ ਅਸੀਂ ਇਹਦੇ 'ਚ ਥੋੜ੍ਹਾ ਥੋੜ੍ਹਾ ਜਿਹਾ ਓਇਲ ਲਗਾ ਦਾਂਗੇ ਤਾਂ ਕਿ ਇਡਲੀ ਜਦੋਂ ਬਣੇ ਇਹਦੇ ਨਾਲ ਨਾ ਚਿਪਕੇ ਬਸ ਇਹਨੂੰ ਅੱਛੀ ਤਰ੍ਹਾਂ ਫੈਲਾ ਦਾਂਗੇ ਓਇਲ ਨੂੰ ਫੇਰ ਲਓ ਜੀ ਹੁਣ ਆਪਾਂ ਇਹਦੇ 'ਚ ਮਿਕਸਚਰ ਪਾ ਦਾਂਗੇ ਇਹਦੇ 'ਚ ਲੋ ਫਰੈਂਡਸ ਪਾਣੀ ਆਪਣਾ ਹੋ ਗਿਆ ਬਿਲਕੁਲ ਗਰਮ ਅਤੇ ਹੁਣ ਇਹਦੇ 'ਚ ਆਪਾਂ ਰੱਖਾਂਗੇ ਇਡਲੀ ਦੇ ਸਾਂਚੇ ਰੱਖਾਂਗੇ ਇਹਨੂੰ ਔਰ ਫਿਰ ਰੱਖਾਂਗੇ ਇਹਨੂੰ ਵੈਸੇ ਤਾਂ ਫਰੈਂਡਸ ਇਹਦੇ 'ਚ ਇੱਕ ਟਾਈਮ 'ਚ ਤੁਸੀਂ 12 ਇਡਲੀਆਂ ਈਜ਼ੀਲੀ ਬਣਾ ਸਕਦੇ ਹੋ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਔਰ ਗੈਸ ਦਾ ਜਿਹੜਾ ਫਲੇਮ ਹੈ ਉਹ ਘੱਟ ਹੀ ਰੱਖਣਾ ਅਤੇ ਹੁਣ ਆਪਾਂ ਨੂੰ ਘੱਟੋ ਘੱਟ ਕਰਨੀ ਪੈਣੀ ਹੈ 15 ਮਿੰਟ ਵੇਟ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਣੀ ਇਡਲੀ ਕਿੱਦਾਂ ਦੀ ਬਣੀ ਹੈ ਹਾਂਜੀ ਲਓ ਫਰੈਂਡਸ 15 ਮਿੰਟ ਹੋ ਰਹੇ ਆ ਹੁਣ ਦੇਖ ਰਹੇ ਹਾਂ ਆਪਣੀ ਇਡਲੀ ਬਣੀ ਕਿ ਨਹੀਂ ਬਣੀ ਪਹਿਲਾਂ ਇਹਨੂੰ ਕਰਾਂਗੇ ਓਪਨ ਲਓ ਜੀ ਇਹ ਤਾਂ ਵਧੀਆ ਬਣ ਕੇ ਹੋ ਗਈ ਹੈ ਤਿਆਰ ਇੱਕ ਵਾਰ ਆਪਾਂ ਕਰ ਲਾਂਗੇ ਚੈੱਕ ਲਓ ਜੀ ਇਡਲੀ ਆਪਣੀ ਬਿਲਕੁਲ ਤਿਆਰ ਹੋ ਗਈ ਹੋਈ ਹੈ ਬਣ ਕੇ ਗੈਸ ਨੂੰ ਕਰਾਂਗੇ ਬੰਦ ਅਤੇ ਹੁਣ ਇਹਨਾਂ ਨੂੰ ਆਪਾਂ ਰੱਖ ਦਾਂਗੇ ਸਾਈਡ 'ਤੇ ਹਾਂਜੀ ਫਰੈਂਡ ਜਿੰਨੀ ਦੇਰ ਆਪਣੀ ਇਡਲੀ ਇੱਧਰ ਠੰਡੀ ਹੋ ਰਹੀ ਆ ਉੱਨੀ ਦੇਰ ਆਪਾਂ ਇਹਦਾ ਤੜਕੇ 'ਚ ਤੁਹਾਨੂੰ ਦੱਸਦੇ ਹਾਂ ਕੀ ਪਏਗਾ ਇੱਕ ਤਾਂ ਆਪਾਂ ਇਹਦੇ 'ਚ ਲਿੱਤਾ ਇੱਕ ਪਿਆਜ਼ ਹੈ ਮੀਡੀਅਮ ਸਾਈਜ਼ ਦਾ ਅਤੇ ਉਹਨੂੰ ਅਸੀਂ ਲੰਬਾ ਲੰਬਾ ਕੱਟ ਲਿਆ ਹੋਇਆ ਇੱਦਾਂ ਹੀ ਸ਼ਿਮਲਾ ਮਿਰਚ ਉਹਨੂੰ ਵੀ ਅਸੀਂ ਲੰਬਾ ਲੰਬਾ ਕੱਟ ਲਿਆ ਹੋਇਆ ਅਤੇ ਥੋੜ੍ਹਾ ਜਿਹਾ ਆਪਾਂ ਲਿੱਤਾ ਧਨੀਆ ਅਤੇ ਨਾਲ ਆਪਾਂ ਲਿੱਤੀ ਹੈ ਰਾਈ ਔਰ ਨਾਲ ਆਪਾਂ ਲਿੱਤਾ ਸਾਂਬਰ ਮਸਾਲਾ ਇਹ ਜ਼ਰੂਰੀ ਨਹੀਂ ਹੈ ਅਗਰ ਤੁਹਾਡੇ ਕੋਲ ਹੈਗਾ ਸਾਂਬਰ ਮਸਾਲਾ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਅਗਰ ਨਹੀਂ ਹੈ ਤਾਂ ਕੋਈ ਜ਼ਰੂਰੀ ਨਹੀਂ ਹੈ ਹੁਣ ਆਪਾਂ ਇਹਦੇ 'ਚ ਪਾਵਾਂਗੇ 2 ਚਮਚ ਪਾਵਾਂਗੇ ਆਪਾਂ ਸਰੋਂ ਦਾ ਤੇਲ
तेल नू अपा पहला कर लांगे गरम। हाँ जी लो गाइस, तेल अपना हो गया होया गरम। हुन अपा इंदे च पावांगे थोड़ी जी हल्दी, ठीक है जी। फिर अपा इंदे च पावांगे थोड़ी जी राई। फ्लेम इंदा गैस दा घट रखना क्योंकि राई चटकदी हुंदी है। नाल ही अपा इंदे च पा देंगे प्याज। पहला असीं प्याज नू भुन लेंगे चंगी तरह, ब्राउन कर लेंगे। नाल ही इंदे च असीं पा देंगे नमक। थोड़ा जिहा नमक पावांगे क्योंकि आप इडली च भी नमक पाया से हो गया। प्याज के नाल नाल आप पा देंगे शिमला मिर्च। दोनों अच्छी तरह असं कर लेंगे फ्राई। इंदे च तुसी होर वेजिटेबल भी पा सकते हो, टमाटर भी पा सकते हो। वैसे हले तो टमाटर बहुत महंगे है, इसे भी तुसी शिमला मिर्च या प्याज ही पा सकते हो। जिन्नी देर अपनी तड़का अपना बनता पे है, प्याज भुनने जा रहे, उन्नी देर आप इडली नू कर लेंगे एक प्लेट से ट्रांसफर। देखो कितनी वधिया इडली बनी है अपनी, और देख लो ठंडे होने तो बाद यह ईजीली इन्दे तो लथ जाएगी और इन्दे नाल भी नहीं चिपकेगी। ये देखो इडली तो अपनी हो गई है बन के तैयार। हुण आपां देखदे हां अपने प्याज की कहिंदे ने, होए ने फ्राई के नहीं होए? हो ही गए ने जी। हुण इन्दे च असीं पावांगे अपने मसाले। इन्दे च पावांगे असीं लाल मिर्च, और नाल ही आपां इन्दे च पावांगे सांबर मसाला, पावांगे पानी। क्योंकि सब शिमला मिर्च नू भी सॉफ्ट करना है, इसलिए थोड़ा जिहा पाया पानी। ते इन्नू एक बार आपां लवांगे। फ्रेंड्स जिन्नी देर अपने ओह उधर मसाला हो रहा रेडी, ते उन्नी देर इदां ही इडली नू फोर पार्ट च कट लांगे, ठीक है। सारी इडली आपां कर ली है तैयार। हुण देखांगे तड़के नू। कभी अपना हो गया तैयार। हुण आपां इहदे च पावांगे क्रीम, पावांगे असीं टमैटो सॉस। मसाला तो अपना हो गया बन के तैयार। चप्पा करांगे इडली मिक्स। इडली नू कर देंगे चंगी तरह मिक्स। लो फ्रेंड्स मसाले चप्पा कर ली इडली बिल्कुल मिक्स, और ये वधिया जी हो गई है तैयार। हुण इहनू बस आपां एक मिनट लई बस सिका लांगे। पा देंगे थोड़ा जिहा, पावांगे हरा धनिया। साडी सब्जियां दी शान हरा धनिया। लो जी हुण आपां इहनू करांगे प्लेट च सर्व, ते खाण वालियां नू कहांगे हो जाओ तैयार। देखो कितनी अच्छी बनी है, और तुसी जरूर एक बार ट्राई करियो, ठीक है जी। बाकी हुण आपां तुहानू मिलांगे अपने नेक्स्ट ब्लॉग च। कल है संडे, और कल दी आपां छुट्टी मनावांगे, लेट उठांगे, ज्यादा देर सोवांगे, और शाम नू तुहाडे लई एक स्नैक्स रेसिपी लेके आवांगे। थैंक यू गाइस, मिलते हैं नेक्स्ट ब्लॉग। सत श्री अकाल।